ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਹਰਪ੍ਰੀਤ ਸਿੰਘ ਦਰਦੀ ਵੱਲੋਂ ਨਿੱਘਾ ਸਵਾਗਤ। ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਅੱਜ ਤੋਂ ਨਵਾਂ ਪ੍ਰੋਗਰਾਮ, ਗਰਮਾ ਗਰਮ ਪ੍ਰੋਗਰਾਮ ਕੈਨੇਡਾ ਐਕਸਪ੍ਰੈਸ। ਰੋਜ਼ਾਨਾ ਅਸੀਂ ਤੁਹਾਡੇ ਕੋਲ ਲੈ ਕੇ ਆਵਾਂਗੇ ਕੈਨੇਡਾ ਦੀਆਂ ਵੀਜ਼ਾ ਸੰਬੰਧੀ, ਇਮੀਗ੍ਰੇਸ਼ਨ ਸੰਬੰਧੀ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਪਾਲਿਸੀ ਸੰਬੰਧੀ ਗਵਰਨਮੈਂਟ ਦੀਆਂ ਨਵੀਆਂ ਪਾਲਿਸੀਜ਼, ਖਬਰਾਂ, ਅਪਡੇਟਸ। ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਦਾਰ ਸੰਦੀਪ ਸਿੰਘ ਜੀ, ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਤੋਂ, ਜੋ ਕਿ ਬਹੁਤ ਪੁਰਾਣੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਅਤੇ ਬਹੁਤ ਹੀ ਵਧੀਆ ਸਰਵਿਸ ਜੋ ਇਹ ਲੋਕਾਂ ਨੂੰ ਇਮੀਗ੍ਰੇਸ਼ਨ ਸੰਬੰਧੀ ਦੇ ਰਹੇ ਨੇ। ਤੇ ਸਰਦਾਰ ਸੰਦੀਪ ਸਿੰਘ ਜੀ, ਆਪ ਜੀ ਦਾ ਕੈਨੇਡਾ ਐਕਸਪ੍ਰੈਸ ਜਿਹੜਾ ਨਵਾਂ ਚੜ੍ਹਦੀ ਕਲਾ ਦਾ ਪ੍ਰੋਗਰਾਮ ਹੈ, ਉਸ ਵਿੱਚ ਨਿੱਘਾ ਸਵਾਗਤ ਹੈ ਅਤੇ ਸ਼ੁਰੂ ਕਰੋ ਜੀ ਅੱਜ ਦੀਆਂ ਜਿਹੜੀਆਂ ਨਵੀਆਂ ਅਪਡੇਟਸ, ਅੱਜ ਦੀਆਂ ਖਬਰਾਂ ਨੇ, ਫਿਰ ਅਸੀਂ ਅੱਗੇ ਗੱਲਬਾਤ ਇਮੀਗ੍ਰੇਸ਼ਨ ਸੰਬੰਧੀ ਜਿਹੜੇ ਇੱਕ ਦੋ ਨੁਕਤੇ ਆ ਉਹ ਵੀ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਾਂਗੇ। ਸ਼ੋਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ। ਇਸ ਪ੍ਰੋਗਰਾਮ ਦੇ ਨਾਲ ਸੁਣ ਰਹੇ ਸਰੋਤਿਆਂ ਨੂੰ ਕਾਫੀ ਫਾਇਦਾ ਹੋਵੇਗਾ। ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਰੋਜ਼ ਨਵੀਆਂ ਨਵੀਆਂ ਤਬਦੀਲੀਆਂ ਆਉਂਦੀਆਂ ਨੇ, ਰੋਜ਼ ਨਵੇਂ ਚੇਂਜਿਸ ਆਉਂਦੇ ਨੇ, ਐਂਡ ਇਹ ਜਿਹੜਾ ਪ੍ਰੋਗਰਾਮ ਹੈਗਾ ਆ ਇਹ ਉਹਨਾਂ ਚੇਂਜਿਸ ਨੂੰ ਸਾਡੇ ਸਰੋਤਿਆਂ ਤੱਕ ਜਾਣ ਲਈ ਮਦਦਗਾਰ ਹੋਏਗਾ। ਉਹਨਾਂ ਨੂੰ ਰੋਜ਼ ਪਤਾ ਚੱਲ ਸਕਦਾ ਕਿ ਕੀ ਚੇਂਜਿਸ ਆਈਆਂ ਨੇ। ਸੋ ਇਹ ਜਿਹੜਾ ਇਨੀਸ਼ੀਏਟਿਵ ਹੈ ਬਹੁਤ ਵਧੀਆ ਇਨੀਸ਼ੀਏਟਿਵ ਹੈ, ਮੈਂ ਇਹਦੇ ਲਈ ਤੁਹਾਨੂੰ ਵਧਾਈ ਦਿੰਦਾ ਹਾਂ। ਸਭ ਤੋਂ ਪਹਿਲੀ ਜਿਹੜੀ ਉਹ ਹੈਗੀ ਆ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਸ ਨੂੰ ਲੈ ਕੇ। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਵੀ ਸਟੂਡੈਂਟਸ ਪੰਜਾਬ ਤੋਂ ਜਾਂ ਇੰਡੀਆ ਤੋਂ ਜਾਂ ਦੁਨੀਆ ਭਰ ਦੇ ਕੁਛ ਕੰਟਰੀਜ਼ ਤੋਂ ਆਉਂਦੇ ਨੇ STS ਪ੍ਰੋਗਰਾਮ ਅਧੀਨ, ਉਹਨਾਂ ਨੂੰ ਅਗਰ 2 ਸਾਲ ਦੀ ਉਹ ਪੜ੍ਹਾਈ ਕਰਦੇ ਆ ਤਾਂ 3 ਸਾਲ ਦਾ ਓਪਨ ਵਰਕ ਪਰਮਿਟ ਮਿਲਦਾ ਆ। ਪਿਛਲੇ ਪੂਰੇ ਸਾਲ ਦੇ ਵਿੱਚ ਜਿਹੜਾ ਪੈਂਡਮਿਕ ਰਿਹਾ ਆ ਉਸਦੇ ਵਿੱਚ ਕਾਫੀ ਸਟੂਡੈਂਟਸ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਉਹ ਲੋਕ, ਉਹ ਸਟੂਡੈਂਟ ਜਿਹੜੇ ਆ ਉਹ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਕੁਆਲੀਫਾਈ ਨਹੀਂ ਸੀ ਹੋ ਰਹੇ ਜੀ। ਉਹਦੇ ਵਾਸਤੇ ਕੈਨੇਡਾ ਦੀ ਸਰਕਾਰ ਨੇ ਜਿਵੇਂ ਪਿਛਲੇ ਪੈਂਡੇਮਿਕ ਦੇ ਦੌਰਾਨ ਵੀ ਕਾਫੀ ਮਦਦ ਕੀਤੀ, ਉਵੇਂ ਐਵਲਾ ਇੱਕ ਸਟੈਪ ਜਿਹੜਾ ਆ ਉਹ ਵੀ ਮੈਂ ਸਮਝਦਾ ਕਿ ਬਹੁਤ ਮਦਦਗਾਰ ਹੋਵੇਗਾ ਕਿ ਜਨਵਰੀ 2020 ਤੋਂ ਲੈ ਕੇ ਜੁਲਾਈ 2021 ਤੱਕ ਜਿਹਨਾਂ ਲੋਕਾਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਸ ਐਕਸਪਾਇਰ ਹੋ ਚੁੱਕੇ ਨੇ ਜਾਂ ਹੋਣਗੇ ਉਹਨਾਂ ਸਾਰਿਆਂ ਨੂੰ 18 ਮਹੀਨੇ ਦਾ ਵਰਕ ਪਰਮਿਟ ਦਿੱਤਾ ਜਾਵੇਗਾ। ਸੋ ਇਹਦੀ ਜਿਹੜੀ ਰੂਪਰੇਖਾ ਆ ਉਹ 27 ਜਨਵਰੀ ਨੂੰ ਅਨਾਊਂਸ ਕੀਤੀ ਜਾਣੀ ਆ। ਬਟ ਮੇਜਰ ਨਿਊਜ਼ ਇਸ ਕਿ ਇੱਕ ਰਾਹਤ ਦੀ ਖਬਰ ਉਹਨਾਂ ਸਟੂਡੈਂਟਸ ਵਾਸਤੇ ਜਿਹਨਾਂ ਦਾ ਵਰਕ ਪਰਮਿਟ ਖਤਮ ਹੋਣ ਦੇ ਕਿਨਾਰੇ ਤੇ ਸੀ ਜਾਂ ਖਤਮ ਹੋ ਚੁੱਕਾ ਸੀ, ਉਹਨਾਂ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਦੇ ਵਿੱਚ 18 ਮਹੀਨੇ ਦੀ ਐਕਸਟੈਂਸ਼ਨ। ਆਲ ਦੋ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਵਿੱਚ ਕਦੀ ਐਕਸਟੈਂਸ਼ਨ ਨਹੀਂ ਹੋ ਸਕਦੀ ਸੀਗੀ ਅੱਜ ਤੋਂ ਪਹਿਲਾਂ ਤੱਕ। ਸੋ ਇਹ ਇੱਕ ਬਹੁਤ ਵੱਡਾ ਚੇਂਜ ਆ ਕੈਨੇਡਾ ਸਰਕਾਰ ਵੱਲੋਂ ਇਸ ਪੈਂਡੇਮਿਕ ਨੂੰ ਦੇਖਦੇ ਹੋਏ। ਜਿਹੜਾ ਦੂਸਰਾ ਮੁੱਖ ਖਬਰ ਆ ਉਹ ਹੈਗੀ ਆ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਪਰਮਾਨੈਂਟ ਰੈਜ਼ੀਡੈਂਸੀ ਨੂੰ ਲੈ ਕੇ। ਜਿਵੇਂ ਕਿ ਇਹ ਜਿਹੜਾ ਪ੍ਰੋਗਰਾਮ ਆ ਹਰੇਕ ਸਾਲ ਖੁੱਲ੍ਹਦਾ ਆ, ਇਸ ਪ੍ਰੋਗਰਾਮ ਦੇ ਵਿੱਚ ਕਾਫੀ ਕੰਟਰੋਵਰਸੀ ਵੀ ਹੈਗੀ ਆ, ਬਟ ਜਿਹੜੀ ਮੁੱਦੇ ਦੀ ਗੱਲ ਉਹ ਹੈ ਕਿ 10,000 ਬੰਦੇ ਦੀ ਜਿਹੜੀ ਲਾਟਰੀ ਨਿਕਲਣੀ ਸੀ ਉਹ ਨਿਕਲ ਚੁੱਕੀ ਆ, ਉਹਨਾਂ ਨੂੰ ਈਮੇਲ ਜਾ ਚੁੱਕੀਆਂ ਨੇ, ਜਿਹੜੇ ਲੋਕਾਂ ਨੂੰ ਈਮੇਲਸ ਮਿਲ ਗਈਆਂ ਨੇ ਉਹਨਾਂ ਨੂੰ ਹੁਣ ਅਧਿਕਾਰ ਆ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਨ ਦਾ। ਸੋ ਉਹਨਾਂ ਦੇ ਮਾਪੇ, ਉਹਨਾਂ ਦੇ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲ ਸਕਦੀ ਆ, ਜਿਹੜੇ 10,000 ਲੱਕੀ ਬੰਦਿਆਂ ਨੂੰ ਡਰਾ ਦੇ ਵਿੱਚ ਕੱਢਿਆ ਗਿਆ ਆ। ਤੀਸਰੀ ਜਿਹੜੀ ਖਬਰ ਹੈਗੀ ਆ ਉਹ ਹੈਗੀ ਆ ਐਕਸਪ੍ਰੈਸ ਐਂਟਰੀ ਨੂੰ ਲੈ ਕੇ। ਐਕਸਪ੍ਰੈਸ ਐਂਟਰੀ ਦੇ ਵਿੱਚ CEC ਕਲਾਸ, ਕੈਨੇਡਾ ਭਾਵ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ 4,750 ਬੰਦੇ ਨੂੰ ਇਨਵੀਟੇਸ਼ਨ ਦਿੱਤੀ ਗਈ ਆ, ਜਿਹਨਾਂ ਦਾ ਜਿਹੜਾ ਸਕੋਰ, ਸਭ ਤੋਂ ਨਿਚਲਾ ਸਕੋਰ ਜਿਹੜਾ ਸੀ ਉਹ 461 ਸੀ, 461 ਦੇ ਉੱਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ ਨਿਕਲਿਆ ਆ। 4,750 ਬੰਦੇ ਨੂੰ ਇਸ ਇਨਵੀਟੇਸ਼ਨ ਦਿੱਤੀ ਗਈ। ਜਿਹੜੀ ਚੌਥੀ ਖਬਰ ਆ ਉਹਦੇ ਵਿੱਚ ਵੀ ਸਾਡੇ ਸਟੂਡੈਂਟਸ ਲਈ ਜਿਹਨਾਂ ਨੇ ਅਜੇ ਪੰਜਾਬ ਤੋਂ ਆਉਣ ਬਾਰੇ ਸੋਚ ਰਹੇ ਸਨ ਜਾਂ ਜਿਹਨਾਂ ਨੇ ਕਿਊਬੈਕ ਦੇ ਵਿੱਚ ਪੜ੍ਹਦੇ ਹੋਏ ਐਕਸਟੈਂਸ਼ਨ ਲੈਣ ਬਾਰੇ ਸੋਚ ਰਹੇ ਸਨ, ਉਹਨਾਂ ਲਈ ਇੱਕ ਭੈੜੀ ਖਬਰ ਆ ਕਿ 10 ਇੰਸਟੀਟਿਊਟਸ ਦੇ CAQs ਦੇਣ ਤੋਂ ਮਨਾ ਕਰ ਦਿੱਤਾ ਸਰਕਾਰ ਨੇ ਮਾਰਚ ਤੱਕ। ਸੋ ਉਹਨਾਂ ਕਾਲਜਿਸ ਦੇ ਵਿੱਚ CAQs ਦੀ ਸਸਪੈਂਸ਼ਨ ਲੱਗ ਗਈ ਹੈਗੀ ਆ।
ਸੋ ਕਹਿਣ ਦਾ ਭਾਵ ਕਿ ਅਗਰ ਤੁਸੀਂ ਉਹਨਾਂ ਕਾਲਜਾਂ ਲਈ ਤੁਹਾਨੂੰ ਅਜੇ ਤੱਕ CAQ ਨਹੀਂ ਸੀ ਮਿਲਿਆ ਤੇ ਤੁਹਾਨੂੰ ਮਾਰਚ ਤੱਕ ਉਹ CAQs ਨਹੀਂ ਮਿਲਣਗੇ, ਤੁਹਾਡੇ ਫਾਈਲ ਸਸਪੈਂਡ ਕਰ ਦਿੱਤੀਆਂ ਗਈਆਂ ਨੇ। ਮਾਰਚ ਦੇ ਵਿੱਚ ਤੁਸੀਂ ਦੁਬਾਰਾ ਤੋਂ ਅਗਰ ਉਹ ਕਾਲਜ ਦੀ ਜਿਹੜੀ ਸਰਕਾਰ ਇਨਕੁਆਇਰੀ ਕਰ ਰਹੀ ਆ, ਅਗਰ ਉਹ ਸਾਰਾ ਕੁਝ ਸਹੀ ਨਿਕਲਦਾ ਹੈ ਤੇ ਮਾਰਚ ਦੇ ਵਿੱਚ ਤੁਸੀਂ ਦੁਬਾਰਾ ਤੋਂ CAQ ਅਪਲਾਈ ਕਰਕੇ ਆਪਣੀ ਪੜ੍ਹਾਈ ਕਰ ਸਕਦੇ ਹੋ। ਜਿਹੜੇ ਲੋਕ ਪੰਜਾਬ ਤੋਂ ਜਾਂ ਇੰਡੀਆ ਤੋਂ ਆਉਣ ਬਾਰੇ ਸੋਚ ਰਹੇ ਸਨ ਉਹਨਾਂ ਕਾਲਜਸ ਵਿੱਚ, ਉਹਨਾਂ ਲਈ ਇਹ ਬਹੁਤ ਵੱਡੀ ਪ੍ਰੋਬਲਮ ਆ ਕਿਉਂਕਿ ਉਹ ਫੀਸ ਵਗੈਰਾ ਜਮ੍ਹਾਂ ਕਰਾ ਚੁੱਕੇ ਨੇ। ਸੋ ਉਹਨਾਂ ਨੂੰ ਜਾਂ ਤਾਂ ਰਿਫੰਡ ਲੈਣਾ ਪਏਗਾ ਜਾਂ ਦੇਖਣਾ ਪਏਗਾ ਕਿ ਮਾਰਚ ਤੱਕ ਕੀ ਬਣਦਾ ਆ, ਕਿ ਉਹ ਕਾਲਜ ਦਾ ਲਾਇਸੈਂਸ ਮੇਨਟੇਨ ਰਹਿੰਦਾ ਹੈ ਕਿ ਸਸਪੈਂਡ ਹੁੰਦਾ ਕਿ ਹੋਵੇਗਾ। ਸੋ ਉਹਨਾਂ ਲਈ ਜ਼ਿਆਦਾ ਡਿਫੀਕਲਟ ਹੈਗਾ। ਕੁਝ ਸਟੂਡੈਂਟਸ ਐਸੇ ਨੇ ਜਿਹੜੇ ਮੋਂਟਰੀਅਲ ਦੇ ਵਿੱਚ ਜਾਂ ਕਿਊਬੈਕ ਦੇ ਵਿੱਚ ਪੜ੍ਹਦੇ ਪਏ ਨੇ ਪਰ ਉਹਨਾਂ ਦਾ CAQ ਐਕਸਪਾਇਰ ਹੋ ਗਿਆ ਆ ਜਾਂ ਹੋਣ ਵਾਲਾ ਆ, ਉਹ ਸਟੂਡੈਂਟਸ ਉਹਨਾਂ ਚਿਰ ਕਲਾਸਿਸ ਨਹੀਂ ਲਗਾ ਸਕਣਗੇ ਜਿੰਨੀ ਦੇਰ ਤੱਕ ਉਹ ਸਸਪੈਂਸ਼ਨ ਪੀਰੀਅਡ ਦੇ ਵਿੱਚ ਆ। ਉਹਦੀ ਵੱਡੀ ਪ੍ਰੋਬਲਮ ਇਹ ਆ ਭਾਜੀ ਕਿ ਜਿਹੜੇ ਲੋ ਜਿਹੜੇ ਸਟੂਡੈਂਟਸ ਦੇ ਪੜ੍ਹਾਈ 'ਚ ਗੈਪ ਆ ਜਾਏਗਾ ਉਹਨੂੰ ਅਨਅਫੀਸ਼ੀਅਲ ਡਰੋਪ ਸਮਝਿਆ ਜਾਏਗਾ। ਅਨਅਫੀਸ਼ੀਅਲ ਡਰੋਪ ਕਰਕੇ ਉਹਨਾਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ 'ਚ ਪ੍ਰੋਬਲਮਸ ਆਉਣਗੀਆਂ। ਸੋ ਬਹੁਤ ਦਾਰ ਦੇ ਵਿੱਚ ਜਿਹੜੇ ਐਸੇ ਸਟੂਡੈਂਟਸ ਨੇ ਉਹ ਜਾਂ ਤਾਂ ਆਪਣੇ ਕਾਲਜ ਚੇਂਜ ਕਰਨ ਜਾਂ ਆਪਣੀ ਪ੍ਰੋਵਿੰਸ ਚੇਂਜ ਕਰਨ, ਕਿਉਂਕਿ ਅਗਰ ਪੜ੍ਹਾਈ 'ਚ ਗੈਪ ਆ ਗਿਆ ਤਾਂ ਵਰਕ ਪਰਮਿਟ ਦੇ ਵਿੱਚ ਵੱਡੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਤੁਸੀਂ ਦੱਸਿਆ ਕਿਊਬੈਕ ਦੇ ਵਿੱਚ ਮੋਸਟਲੀ 10 ਇੰਸਟੀਟਿਊਸ਼ਨਸ ਦੇ ਉੱਤੇ ਜਿਹੜਾ ਸਰਕਾਰ ਦਾ ਇਨਕੁਆਇਰੀ ਚੱਲ ਰਹੀ ਹੈ ਤੇ ਪਾਬੰਦੀ ਲਗਾਈ ਗਈ ਹੈ। ਜਿਹੜੇ ਕਿਊਬੈਕ ਦੇ ਵਿੱਚ ਪੜ੍ਹ ਰਹੇ ਬੱਚੇ ਹਨ ਉਹ ਸਕਰੀਨ ਦੇ ਉੱਤੇ ਬ੍ਰੈਂਪਟਨ ਕੰਸਲਟੈਂਸੀ ਦੇ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਨੰਬਰ ਚੱਲ ਰਹੇ ਹਨ। ਸਰਦਾਰ ਸੰਦੀਪ ਸਿੰਘ ਜੀ ਤੇ ਇਹਨਾਂ ਦੀ ਟੀਮ ਦੇ ਨਾਲ ਉਹ ਰਾਬਤਾ ਕਰ ਸਕਦੇ ਹਨ। ਨੰਬਰ ਹੈ 4379930000। ਅਤੇ ਹੋਰ ਵੀ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ, ਕੋਈ ਵੀ ਇਨਕੁਆਇਰੀ ਲੈਣੀ ਹੋਵੇ, ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਤੋਂ ਆਪ ਜੀ ਲੈ ਸਕਦੇ ਹੋ। ਇਸ ਪ੍ਰੋਗਰਾਮ ਦੇ ਵਿੱਚ ਵੀ ਅਗਰ ਆਪ ਜੀ ਕੋਈ ਇਨਕੁਆਇਰੀ ਭੇਜਣਾ ਚਾਹੋ, ਅਸੀਂ ਤੁਹਾਡੇ ਸਵਾਲ ਜਿਹੜੇ ਹਨ ਜ਼ਰੂਰ ਜਿਹੜੇ ਸਾਡੇ ਇਮੀਗ੍ਰੇਸ਼ਨ ਮਾਹਰ ਹਨ ਸੰਦੀਪ ਸਿੰਘ ਜੀ, ਇਹਨਾਂ ਨਾਲ ਜ਼ਰੂਰ ਸਾਂਝੇ ਕਰਾਂਗੇ, ਗੱਲਬਾਤ ਕਰਾਂਗੇ ਤੇ ਉਹਨਾਂ ਦਾ ਹੱਲ ਵੀ ਲਵਾਂਗੇ। ਤੇ ਸਾਡਾ ਈਮੇਲ ਐਡਰੈਸ info@cktimetv.com ਵੀ ਸਕਰੀਨ ਦੇ ਉੱਤੇ ਚੱਲ ਰਿਹਾ ਹੈ। ਤੁਸੀਂ ਈਮੇਲ ਕਰਕੇ ਵੀ ਆਪਣੇ ਸਵਾਲ, ਆਪਣੇ ਇਨਕੁਆਇਰੀਜ਼ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਰੋਜ਼ਾਨਾ ਤੁਹਾਡੇ ਨਾਲ ਅਸੀਂ ਕੈਨੇਡਾ ਐਕਸਪ੍ਰੈਸ ਦੇ ਵਿੱਚ ਦਿੱਲੀ ਦੀਆਂ ਕੈਨੇਡੀਅਨ ਇਮੀਗ੍ਰੇਸ਼ਨ ਵੀਜ਼ਾ ਸੰਬੰਧੀ ਜੋ ਵੀ ਖਬਰਾਂ ਹੋਣਗੀਆਂ, ਅਪਡੇਟਸ ਹੋਣਗੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਤੇ ਅੱਜ ਦੀ ਜਿਹੜੀ ਵੱਡੀ ਖਬਰ ਹੈ, ਵੱਡੀ ਖਬਰ ਖੁਸ਼ਖਬਰੀ ਵਾਲੀ ਹੈ ਉਹਨਾਂ ਸਟੂਡੈਂਟਸ ਵਾਸਤੇ ਜਿਹੜੇ ਜਿਹਨਾਂ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜਾ ਹੈ ਸਰਕਾਰ ਵੱਲੋਂ 18 ਮਹੀਨਿਆਂ ਲਈ ਐਕਸਟੈਂਡ ਕਰ ਦਿੱਤਾ ਗਿਆ ਹੈ। ਉਹਨਾਂ ਲਈ ਖੁਸ਼ਖਬਰੀ ਹੈ, ਉਹ ਆਪਣਾ ਜੋ ਵਰਕ ਐਕਸਪੀਰੀਅੰਸ ਹੈ ਉਹ ਪੂਰਾ ਕਰਕੇ ਅੱਗੇ ਇਮੀਗ੍ਰੇਸ਼ਨ ਜੋ ਹੈ ਉਹ ਲੈ ਸਕਦੇ ਹਨ। ਤੇ ਉਸ ਤੋਂ ਬਾਅਦ ਚੋਂ 10,000 ਪੇਰੈਂਟਸ, ਗ੍ਰੈਂਡ ਪੇਰੈਂਟਸ ਨੂੰ ਜਿਹਨਾਂ ਨੂੰ ਇਨਵੀਟੇਸ਼ਨ ਜਾ ਚੁੱਕੇ ਹਨ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਕਿ ਤੁਹਾਡੀ ਲਾਟਰੀ ਦੇ ਵਿੱਚ ਨੰਬਰ ਆ ਗਿਆ ਹੈ। ਤੇ ਤੁਸੀਂ ਆਪਣੇ ਚਹੇਤਿਆਂ ਨੂੰ, ਆਪਣੇ ਪਿਆਰਿਆਂ ਨੂੰ ਕੈਨੇਡਾ ਦੇ ਵਿੱਚ ਆ ਕੇ ਉਹਨਾਂ ਨਾਲ ਤੁਸੀਂ ਰਹਿ ਸਕਦੇ ਹੋ। ਤੇ ਅਗਲਾ ਜਿਹੜਾ ਹੈ ਜਿਹੜੇ ਨਵੇਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਥਰੂ ਜਿਹਨਾਂ ਨੂੰ 5,000 ਦੇ ਕਰੀਬ 4,750 ਇਨਵਾਈਟਸ ਜਿਹੜੇ ਨੇ ਉਹ ਭੇਜੇ ਗਏ ਨੇ ਅਤੇ 461 ਜੋ ਸਕੋਰ ਹੈ ਕਾਫੀ ਚਿਰਾਂ ਬਾਅਦ ਇਹ ਨੀਚੇ ਆਇਆ ਹੈ ਤੇ ਉਹਨਾਂ ਨੂੰ ਇਨਵੀਟੇਸ਼ਨ ਪਹੁੰਚ ਚੁੱਕੇ ਨੇ। ਚੜ੍ਹਦੇਕਲਾ ਟਾਈਮ ਟੀਵੀ ਦੀ ਪੂਰੀ ਟੀਮ ਵੱਲੋਂ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ। ਅਤੇ ਮੈਂ ਇੱਥੇ ਦੱਸਣਾ ਚਾਹਾਂਗਾ ਵੀ ਪੋਸਟ ਇਮੀਗ੍ਰੈਂਟ ਸਰਵਿਸਿਜ਼, ਵੀ ਜਦੋਂ ਤੁਹਾਡੀ ਇਮੀਗ੍ਰੇਸ਼ਨ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਚੋਂ ਕੈਨੇਡਾ ਵਿਖੇ ਆ ਕੇ ਤੁਸੀਂ ਕਿਹੜੇ ਪ੍ਰਾਂਤ ਦੇ ਵਿੱਚ ਤੁਸੀਂ ਸੈਟਲ ਹੋਣਾ ਚਾਹੁੰਦੇ ਹੋ ਜਾਂ ਕੁਝ ਕਿਵੇਂ ਕੰਮ ਕਾਰ ਕਰ ਸਕਦੇ ਹੋ, ਇਸ ਸੰਬੰਧੀ ਵੀ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਈਮੇਲ ਤੇ ਇਨਕੁਆਇਰੀ ਭੇਜ ਸਕਦੇ ਹੋ info@cktimetv.com। ਅਤੇ ਜਿਹੜੀਆਂ ਸੰਸਥਾਵਾਂ ਨਿਊ ਕਮਰਸ ਨੂੰ ਹੈਲਪ ਕਰਦੀਆਂ ਹਨ ਅਸੀਂ ਉਹਨਾਂ ਨਾਲ ਤੁਹਾਨੂੰ ਕਨੈਕਟ ਕਰ ਸਕਦੇ ਹਾਂ। ਅਤੇ ਇਸ ਤੋਂ ਇਲਾਵਾ ਸੰਦੀਪ ਜੀ, ਮੈਂ ਚਾਹਾਂਗਾ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਂਦੇ ਜਾਂਦੇ ਜ਼ਰੂਰ ਕੋਈ ਨਾ ਕੋਈ ਐਡਵਾਈਸ ਜਾਂ ਨੁਕਤਾ ਜ਼ਰੂਰ ਦੇ ਕੇ ਜਾਓ ਜਿਹੜੇ ਕੈਨੇਡਾ ਇਮੀਗ੍ਰੇਸ਼ਨ ਕੈਨੇਡਾ ਵਿੱਚ ਇਮੀਗ੍ਰੇਸ਼ਨ ਲੈ ਕੇ ਸੈਟਲ ਹੋਣ ਦੇ ਚਾਹਵਾਨ ਨੇ, ਇੱਥੇ ਆਉਣਾ ਚਾਹੁੰਦੇ ਹਨ ਭਾਵੇਂ ਵਰਕ ਵੀਜ਼ਾ ਦੇ ਥਰੂ ਜਾਂ ਜਿਹਨਾਂ ਦੇ ਪੁਆਇੰਟਸ ਨਹੀਂ ਬਣ ਰਹੇ, ਉਹਨਾਂ ਲਈ ਕਿਹੜੇ ਕਿਹੜੇ ਹੋਰ ਹੱਲ ਨੇ ਤੇ ਉਹ ਕਿਵੇਂ ਤੁਹਾਨੂੰ ਸੰਪਰਕ ਕਰ ਸਕਦੇ ਨੇ?
ਸੋ 100% ਦਰਦੀ ਸਾਹਿਬ ਤੁਹਾਡਾ ਸਵਾਲ ਕਾਫੀ ਜਾਇਜ਼ ਆ। ਇਹਦੇ ਨਾਲ ਮੈਂ ਇੰਨਾ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਹੜਾ ਐਕਸਪ੍ਰੈਸ ਐਂਟਰੀ ਦੇ ਵਿੱਚ ਸੀਈਸੀ ਦਾ ਡਰਾਅ ਨਿਕਲਿਆ ਆ, ਮੇਰੀ ਇੱਕ ਵੀਡੀਓ ਆ ਯੂਟਿਊਬ ਦੇ ਉੱਤੇ, ਸਾਡੇ ਚੈਨਲ ਦੇ ਸਾਡੀ ਕੰਪਨੀ ਦੇ ਚੈਨਲ ਦੇ ਵੈਬ ਪੇਜ ਦੇ ਉੱਤੇ 30 December ਦੀ, ਜਿਸ ਦੇ ਵਿੱਚ ਮੈਂ ਇਹ ਗੱਲ ਕਹੀ ਸੀਗੀ ਕਿ ਕੈਨੇਡਾ ਸਰਕਾਰ ਨੂੰ ਚਾਹੀਦਾ ਆ ਕਿ ਸੀਈਸੀ ਦਾ ਅਲੱਗ ਡਰਾਅ ਕੱਢੇ। ਉਹਦਾ ਕਾਰਨ ਸੀ, ਉਹਦਾ ਕਾਰਨ ਇਹ ਸੀਗਾ ਕਿ ਅਗਰ ਤੁਸੀਂ ਪਿਛਲੇ ਸਕੋਰਸ ਦੇਖੋ 470 ਦੇ ਲਾਗੇ ਛਾਗੇ ਰਹਿ ਰਹੇ ਸਨ, ਬਟ ਅਗਰ ਤੁਸੀਂ ਦੇਖੋ ਜਿਹੜੇ ਸਟੂਡੈਂਟਸ ਕੈਨੇਡਾ ਦੇ ਵਿੱਚ ਆਏ, ਜਿਹਨਾਂ ਨੇ ਆਪਣੀਆਂ ਪੜ੍ਹਾਈਆਂ ਕੀਤੀਆਂ, ਉਸ ਤੋਂ ਬਾਅਦ ਚੋਂ ਸਾਲ ਸਾਲ ਦਾ ਐਕਸਪੀਰੀਅੰਸ ਗੇਨ ਕੀਤਾ, ਬਟ ਅਨਫੋਰਚੁਨੇਟਲੀ ਉਹ 470 ਨੂੰ ਫੇਰ ਵੀ ਨਹੀਂ ਟੱਚ ਕਰ ਪਾ ਰਹੇ ਸਨ, ਉਹਨਾਂ ਲੋਕਾਂ ਦਾ ਇੰਨਾ ਨੁਕਸਾਨ ਹੋ ਰਿਹਾ ਸੀ, ਉਹ ਕਾਫੀ ਹੈਵੀ ਸੀਗਾ। ਤੇ ਜਿਹੜੇ ਨੰਬਰਸ ਨੇ ਅਗਰ ਤੁਸੀਂ ਸੀਆਈਸੀ ਦੀ ਵੈਬਸਾਈਟ ਤੇ ਜਾ ਕੇ ਦੇਖੋਗੇ ਤਾਂ 450 ਤੋਂ ਲੈ ਕੇ 500 ਦੇ ਵਿਚਕਾਰ ਜਿਹੜਾ ਨੰਬਰ ਆ ਉਹ ਹਿਊਜ ਆ, ਉਹ ਬਹੁਤ ਜ਼ਿਆਦਾ ਵੱਡਾ ਨੰਬਰ ਆ। ਇਹ ਕਹਿ ਸਕਦੇ ਹੋ ਕਿ 50% ਆਫ ਐਪਲੀਕੇਸ਼ਨਸ ਜਿਹੜੀਆਂ ਪੂਲ ਦੇ ਵਿੱਚ ਆ ਉਹ ਇਸ ਨੰਬਰ ਦੇ ਵਿਚਕਾਰ ਅਪਰੋਕਸੀਮੇਟਲੀ ਫਾਲ ਕਰਦੀਆਂ ਨੇ। ਸੋ ਸੀਈਸੀ ਦਾ ਕੁਝ ਮਹੀਨਿਆਂ ਬਾਅਦ ਇੱਕ ਇਕੱਲਾ ਡਰਾਅ ਨਿਕਲਣ ਦਾ ਫਾਇਦਾ ਜਿੱਥੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਹੋਊਗਾ, ਉੱਥੇ ਇਹਨਾਂ ਜਿਹੜੇ ਲੋਕਲ ਬੱਚੇ ਨੇ ਜਿਹਨਾਂ ਨੇ ਲੱਖਾਂ ਰੁਪਇਆ ਖਰਚ ਕੀਤਾ ਆ, ਉਹਨਾਂ ਲਈ ਵੀ ਇੱਕ ਚੰਗਾ ਰਸਤਾ ਆ, ਚੰਗਾ ਸਟੈਪ ਆ। ਸੋ ਸਰਕਾਰ ਨੂੰ ਚਾਹੀਦਾ ਆ ਕਿ ਕੁਛ ਕੁ ਮਹੀਨਿਆਂ ਬਾਅਦ ਸੀਈਸੀ ਦੇ ਇਸੇ ਤਰੀਕੇ ਨਾਲ ਡਰਾਅ ਕੱਢਣ। ਇਸ ਤੋਂ ਇਲਾਵਾ ਜਾਂਦੇ ਜਾਂਦੇ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਕੈਨੇਡਾ ਇਮੀਗ੍ਰੇਸ਼ਨ ਜਿਹੜੀ ਹੈ, ਕੈਨੇਡਾ ਉਹ ਧਰਤੀ ਆ ਜਿਹੜੇ ਇਮੀਗ੍ਰੇਸ਼ਨਸ ਨੇ ਇਮੀਗ੍ਰੇਸ਼ਨ ਨੂੰ ਪ੍ਰਮੋਟ ਕਰਦੀ ਆ, ਇਹ ਧਰਤੀ ਹੀ ਇਮੀਗ੍ਰੈਂਟਸ ਦੀ ਆ, ਇਸ ਦੇ ਵਿੱਚ ਇਹਨੂੰ ਉਸਾਰਿਆ ਹੀ ਇਮੀਗ੍ਰੈਂਟਸ ਨੇ ਆ ਜਾਂ ਨੇਟਿਵਸ ਨੇ ਆ। ਸੋ ਨੇਟਿਵਸ ਤੋਂ ਬਾਅਦ ਚੋਂ ਅਗਰ ਕਿਸੇ ਨੇ ਇਸ ਧਰਤੀ ਨੂੰ ਸਾਂਭਿਆ ਆ ਤਾਂ ਉਹ ਅਸੀਂ ਸਾਰੇ ਹਾਂ, ਸਾਰੇ ਇਮੀਗ੍ਰੈਂਟਸ ਨੇ ਹੀ ਸਾਂਭਿਆ ਆ। ਸੋ ਉਸੇ ਕਰਕੇ ਤੁਸੀਂ ਦੇਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਨੂੰ ਪ੍ਰਮੋਟ ਕੀਤਾ ਜਾ ਰਿਹਾ, ਅਗਲੇ 3 ਸਾਲ ਦਾ ਜਿਹੜਾ ਟਾਰਗੇਟ ਆ ਉਹ ਹੀ ਬਹੁਤ ਹਿਊਜ ਆ, 1.2 million ਬੰਦੇ ਨੂੰ ਪਰਮਨੈਂਟ ਰੈਜੀਡੈਂਸੀ ਜਾਂ ਕੈਨੇਡਾ 'ਚ ਬੁਲਾਉਣਾ ਇਜ਼ ਨਾਟ ਅ ਸਮਾਲ ਨੰਬਰ, ਇਹ ਕੋਈ ਛੋਟਾ ਨੰਬਰ ਨਹੀਂ ਹੈਗਾ, 12 ਲੱਖ ਬੰਦਾ। ਸੋ ਕੈਨੇਡਾ ਦੀ ਇਮੀਗ੍ਰੇਸ਼ਨ ਲਈ ਦਰਵਾਜ਼ੇ ਖੁੱਲ੍ਹਦੇ ਪਏ ਨੇ। ਦੁਨੀਆ ਭਰ ਦੇ ਵਿੱਚ ਜਿਹੜਾ ਮਹਾਂਮਾਰੀ ਦਾ ਅਸਰ ਆ, ਉਸ ਮਹਾਂਮਾਰੀ ਦੇ ਅਸਰ ਤੋਂ ਨਿਕਲਣ ਵਾਸਤੇ ਇੱਕ ਇਮੀਗ੍ਰੇਸ਼ਨ ਹੀ ਰਸਤਾ ਆ, ਔਰ ਉਸ ਰਸਤੇ ਦੇ ਵਿੱਚ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਸ ਰਸਤੇ ਦੇ ਵਿੱਚ ਉਹਦੀ ਉਹ ਕਿਸ ਤਰੀਕੇ ਦੇ ਨਾਲ ਆਪਣੀ ਮੰਜ਼ਿਲ ਨੂੰ ਪਾ ਸਕਦੇ ਨੇ ਉਹਦੇ ਬਾਰੇ ਰਿਸਰਚ ਕਰਨ, ਅਤੇ ਅਗਰ ਲੋੜ ਪਵੇ ਤਾਂ ਸਾਡੇ ਵਰਗੇ ਲਾਇਸੈਂਸ ਕੰਸਲਟੈਂਟਸ ਦੇ ਨਾਲ ਗੱਲਬਾਤ ਕਰਨ। ਕਾਫੀ ਲੋਕ ਐਸੇ ਹੁੰਦੇ ਆ ਜਿਹਨਾਂ ਦੀ ਪੜ੍ਹਾਈ ਘੱਟ ਹੁੰਦੀ ਆ ਪਰ ਉਹ ਇਨਵੈਸਟਮੈਂਟ ਕੈਟਾਗਰੀ 'ਚ ਕੁਆਲੀਫਾਈ ਕਰ ਸਕਦੇ ਆ, ਕਾਫੀ ਲੋਕ ਐਸੇ ਹੁੰਦੇ ਜਿਹਨਾਂ ਦੀ ਉਮਰ ਜ਼ਿਆਦਾ ਹੁੰਦੀ ਆ, ਉਹ ਐਕਸਪ੍ਰੈਸ ਐਂਟਰੀ 'ਚ ਨਹੀਂ ਕੁਆਲੀਫਾਈ ਕਰ ਸਕਦੇ ਹੁੰਦੇ, ਉਹਨਾਂ ਲਈ ਕੁਛ PNPs ਹੁੰਦੀਆਂ ਨੇ। ਸੋ ਲਾਇਸੈਂਸ ਕੰਸਲਟੈਂਟਸ ਨਾਲ ਗੱਲ ਕਰਨ ਦਾ ਬਹੁਤ ਬੈਨੀਫਿਟਸ ਮਿਲਦੇ ਨੇ, ਔਰ ਕੈਨੇਡਾ ਦੀ ਸਰਕਾਰ ਸਿਰਫ ਤੇ ਸਿਰਫ ICCRC ਕੰਸਲਟੈਂਟਸ ਜਾਂ ਕੈਨੇਡੀਅਨ ਲਾਇਰਸ ਨੂੰ ਇਮੀਗ੍ਰੇਸ਼ਨ ਰਿਲੇਟਡ ਇਨਫੋਰਮੇਸ਼ਨ ਦੇਣ ਦਾ ਅਧਿਕਾਰ ਦਿੰਦੀ ਆ, ਕੋਸਟ ਕੰਸਲਟੈਂਟਸ ਨੂੰ ਕੋਈ ਅਧਿਕਾਰ ਨਹੀਂ ਦਿੰਦੇ ਹੈਗੇ ਆ ਕੈਨੇਡਾ ਦੀ ਸਰਕਾਰ ਵੱਲੋਂ। ਸੋ ਜਿਨ੍ਹਾਂ ਤੋਂ ਕੱਲੇ ਅਧਿਕਾਰ ਆ ਉਹਨਾਂ ਤੋਂ ਹੀ ਇਨਫੋਰਮੇਸ਼ਨ ਲੈਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ ਸੰਦੀਪ ਜੀ, ਅੱਜ ਦੇ ਕੈਨੇਡਾ ਐਕਸਪ੍ਰੈਸ ਪ੍ਰੋਗਰਾਮ ਦੇ ਵਿੱਚ ਇਤਨਾ ਹੀ, ਜੁੜੇ ਰਹੋ ਰੋਜ਼ਾਨਾ ਸਾਡੇ ਪ੍ਰੋਗਰਾਮ ਦੇ ਨਾਲ ਕੈਨੇਡਾ ਐਕਸਪ੍ਰੈਸ, ਅਪਡੇਟਸ ਔਨ ਨਿਊਜ਼ ਐਂਡ ਇਮੀਗ੍ਰੇਸ਼ਨ ਪਾਲਿਸੀਜ਼, ਵੀਜ਼ਾਸ ਆਫ ਕੈਨੇਡਾ ਵਿਦ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟਸ। ਇੱਥੇ ਹੀ ਇਜਾਜ਼ਤ ਦਿਓ, ਹਰਪ੍ਰੀਤ ਸਿੰਘ ਦਰਰੀ ਨੂੰ ਸਤਿ ਸ੍ਰੀ ਅਕਾਲ।